ਤੇ ਕਰਨੀ ਤਾਂ ਬਾਈ ਕਿਵੇਂ ਮੇਲ ਕਿਵੇਂ ਹੋਇਆ ਸੀ ਇਹ ਬੰਦੇ ਦੀ ਲਭਤ ਕਿਵੇਂ ਹੋਈ ਇੱਕ ਗਾਣਾ ਇਹਨਾਂ ਦਾ ਰਿਕਾਰਡ ਕੀਤਾ ਸੀ ਮੈਂ ਤੇ ਉਦੋਂ ਬਾਅਦ ਤਾਂ ਫਿਰ ਅਡਾਪਟ ਹੀ ਕਰ ਲਿਆ ਇਹਨੂੰ ਮੈਂ ਤੇ ਇਹ ਜਿਹੜਾ ਗੀਤ ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰਾ ਪਿੰਡ ਵਕਾ ਹੋਇਆ ਇਹ ਕਿਵੇਂ ਪੈਦਾ ਕਿਵੇਂ ਹੋਇਆ ਇਹ ਮਰਦ ਬੰਦਾ ਜਿਹਨੇ ਏਡਾ ਵੱਡਾ ਗਾਣਾ ਰਿਕਾਰਡ ਕਰਾਇਆ ਹੁਣ ਕਣਕ ਵੱਢੀ ਗਏ ਮੈਂ ਤੇ ਮੇਰਾ ਭਰਾ ਲੱਗਿਆ ਜਦੋਂ ਗਿਆਰਾਂ ਵਾਲੀ ਚਾਹ ਸੀ ਮੈਨੂੰ ਲੱਗੇ ਵਾਹਵਾ ਜੁੜ ਗਿਆ ਉਹ ਮੈਂ ਪੰਜਾਬੀ ਤੇ ਲੈ ਲਾ ਪਜਾਮੇ ਤੇ ਮੈਂ ਸਲੀਮ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਗਾਣਾ ਲਿਖ ਲਾ ਉਹ ਸ਼ਾਮ ਨੂੰ ਧੋਤਾ ਜਾਣਾ ਕੱਲ੍ਹ ਮੈਂ ਫਿਰ ਇਹੀ ਪਾ ਕੇ ਆਉਣਾ ਪੰਜਾਬ ਦੇ 85% ਕਲਾਕਾਰ ਤੋਂ ਵਧੀਆ ਗਾ ਲੈਂਦੀ ਹੈ ਬਿਲਕੁਲ ਜੀ ਤੇ ਬਾਈ ਕਿੱਥੇ ਲੁਕੇ ਕਿੱਥੇ ਰਹੇ ਨੇ ਮੈਨੂੰ ਐ ਲੱਗਦਾ ਵੀ ਪਰਮਾਤਮਾ ਨੇ ਸ਼ਾਇਦ ਪੰਜਾਬੀ ਫਿਲਮਾਂ ਚੱਲਣੀ ਮੇਰੇ ਕਰਕੇ ਲਾਈਆਂ ਨੇ ਵੀ ਯਾਰ ਆਹ ਬੰਦਾ ਗਰੀਬ ਜਿਹਾ ਰੋਲਾ ਫਿਰਦਾ ਇਹਨੂੰ ਸੈੱਟ ਕਰਦੀ ਹੈ ਤਰਨਜੀਤ ਅਨਮੋਲ ਗਾਇਕ ਬਣਦਾ ਬਣਦਾ ਹੋਰ ਪਾਸੇ ਨੂੰ ਤੁਰਿਆ ਫਿਰ ਉਸ ਲੀਹ ਦੇ ਉੱਤੇ ਆਇਆ ਇਹ ਕਿਵੇਂ ਸਬਬ ਬਣਿਆ ਇਹ ਐਕਚੁਅਲੀ ਐਕਟਿੰਗ ਵੱਲ ਮੈਨੂੰ ਬੇਰੁਜ਼ਗਾਰੀ ਲੈ ਕੇ ਆਈ ਸਾਰੇ ਪਿੰਡ ਨੇ ਦਵਾਈ ਬਾਪੂ ਕੋਲੋਂ ਛੜਕਾਈ ਜਿੱਦੇ ਚੜ ਗਈ ਦਵਾਈ ਤੇ ਦਵਾਈ ਨੀ ਦਵਾਈ ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ ਜ਼ਿੰਦਾਬਾਦ ਕਿਵੇਂ ਦਾ ਮਹਿਸੂਸ ਕਰ ਰਹੇ ਗਰਮੀ ਦਾ ਆਨੰਦ ਮਾਣ ਰਹੇ ਪੂਰਾ ਜੀ ਜ਼ਿੰਦਾਬਾਦ ਆ ਫਿਰ ਵੀ ਜੀ ਤੇ ਹਾਲੇ ਤਾਂ ਆਉਣੀ ਆ ਇਹ ਹਾਂ ਹਾਲੇ ਉਹ ਗੱਲ ਬਣੀ ਨਹੀਂ ਗਈ ਹਾਲੇ ਤਾਂ ਸ਼ੁਰੂਆਤ ਹੋਈ ਹੈ ਹਾਂ ਬਿਲਕੁਲ ਸਹੀ ਜੀ ਪਰ ਅੱਜ ਬਹੁਤ ਖਾਸ ਕਿਸ਼ਤ ਅਸੀਂ ਲੈ ਕੇ ਆਏ ਹਾਂ ਕਿਉਂਕਿ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚੰਗੇ ਗਾਇਕਾਂ ਦੀ ਚੰਗੇ ਗੀਤਕਾਰਾਂ ਦੀ ਤੇ ਚੰਗੇ ਗੀਤਾਂ ਦੀ ਗੱਲ ਕਰਦੇ ਹਾਂ ਤੇ ਅੱਜ ਇੱਕ ਨਹੀਂ ਦੋ ਜਣੇ ਆ ਜੀ ਅੱਜ ਕਮਾਲ ਹੋਊਗੀ ਚੰਗਾ ਗਾਉਣ ਵਾਲਾ ਵੀ ਹੈ ਤੇ ਚੰਗਾ ਲਿਖਣ ਵਾਲਾ ਵੀ ਕਰਮਜੀਤ ਅਨਮੋਲ ਨੂੰ ਤਾਂ ਹਰ ਪੰਜਾਬੀ ਦੁਨੀਆ ਭਰ ਦੇ ਕਿਸੇ ਵੀ ਕੋਨੇ 'ਚ ਵਸਦਾ ਉਹ ਜਾਣਦਾ ਹੀ ਆ ਜੀ ਜਾਣਦਾ ਕਰਮਜੀਤ ਅਨਮੋਲ ਦੀ ਬਾਕਮਾਲ ਆਵਾਜ਼ ਬਿਲਕੁਲ ਉਹਨਾਂ ਦੀ ਬਾਕਮਾਲ ਅਦਾਕਾਰੀ ਜੀ ਉਹਨਾਂ ਦਾ ਅੰਦਾਜ਼ ਵਾਹ ਕਮਾਲ ਹੈ ਪਰ ਜਿਹੜੇ ਅੱਜ ਸੱਜਣ ਨਾਲ ਬੈਠੇ ਆ ਕਾਲੀ ਪੱਗ ਵਾਲੇ ਸੋਹਣੀ ਕਾਲੀ ਦਸਤਾਰ ਵਾਲੇ ਉਸ ਸੱਜਣ ਨੂੰ ਕੋਈ ਨਹੀਂ ਜਾਣਦਾ ਹੋਣਾ ਨਾਂ ਦੇ ਰਾਹੀਂ ਤਾਂ ਕੋਈ ਨਹੀਂ ਜਾਣਦਾ ਹੋਣਾ ਸ਼ਾਇਦ ਕੋਈ ਵਿਰਲਾ ਟਾਵਾਂ ਭੈਣ ਵੀਰ ਜਾਣਦਾ ਵੀ ਹੋਵੇ ਪਰ ਇਹ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਗੀਤਾਂ ਰਾਹੀਂ ਜ਼ਰੂਰ ਜਾਣਦੇ ਹੋ ਪਰ ਮੇਰੇ ਨਾਲ ਦੀ ਕੁਰਸੀ ਦੇ ਉੱਤੇ ਬੈਠੇ ਜਿਹੜੇ ਆ ਸਰਦਾਰ ਸਾਹਿਬ ਇਹ ਕੁਲਦੀਪ ਕੰਡਿਆਰਾ ਨੇ ਜੀ ਇਹਨਾਂ ਦੇ ਲਿਖੇ ਹੋਏ ਗੀਤ ਕਰਮਜੀਤ ਅਨਮੋਲ ਨੇ ਕੋਈ ਲੈ ਸਕਦਾ ਤਾਂ ਲੈ ਲਓ ਜੀ ਮੇਰਾ ਸਾਰੇ ਪਿੰਡ ਵਕਾਊ ਹੈ ਫਿਰ ਮੋਰਨ ਗੀਤ ਇਹਨਾਂ ਦਾ ਜੀ ਯਾਰਾਵੇ ਯਾਰਾਵੇ ਗੀਤ ਇਹਨਾਂ ਦਾ ਕੁਰਬਾਨ ਗੀਤ ਇਹਨਾਂ ਦਾ ਕੁਰਬਾਨ ਗੀਤ ਇਹਨਾਂ ਦਾ ਪਤਾ ਹੀ ਨਹੀਂ ਕਿੰਨੇ ਗੀਤ ਲਿਖੇ 150 ਦੇ ਕਰੀਬ ਲਗਭਗ ਗੀਤ ਇਹਨਾਂ ਦਾ ਲਿਖਿਆ ਹੋਇਆ ਜਿਹਦੇ ਵਿੱਚੋਂ 50 ਦੇ ਕਰੀਬ ਕਰਮਜੀਤ ਅਨਮੋਲ ਨੇ ਗਾਏ ਆ ਤੇ ਕਰਮਜੀਤ ਬਾਈ ਨੇ ਬਹੁਤ ਵਾਰੀ ਇਹ ਗੱਲ ਕਹੀ ਕਿ ਯਾਰ ਮੇਰੇ ਯਾਰ ਦੀ ਇੰਟਰਵਿਊ ਕਰੋ ਮੇਰੇ ਸਾਥੀ ਦੀ ਇੰਟਰਵਿਊ ਕਰੋ ਵੀ ਇੰਨੀ ਸੁਲੱਖਣੀ ਸੋਚ ਵਾਲਾ ਮਜ਼ਦੂਰ ਬੰਦਾ ਦਿਹਾੜੀ ਦੱਪਾ ਕਰਨ ਵਾਲਾ ਬੰਦਾ ਤੇ ਕਰਮਜੀਤ ਅਨਮੋਲ ਬਾਈ ਨੇ ਬਾਂਹ ਫੜੀ ਸਲਾਮ ਕਰਦੇ ਉਹਨੂੰ ਵੀ ਜੀ ਸੋ ਅੱਜ ਇਹਨਾਂ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਉਹਨਾਂ ਦੇ ਗਾਇਕੀ ਦੇ ਸਫ਼ਰ ਦੇ ਬਾਰੇ 'ਚ ਤੇ ਗੀਤਕਾਰੀ ਦੇ ਸਫ਼ਰ ਦੇ ਬਾਰੇ 'ਚ ਵੀ ਅਸੀਂ ਜਾਣਾਂਗੇ ਸਭ ਤੋਂ ਪਹਿਲਾਂ ਦੋਵਾਂ ਦਾ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਠੀਕ ਠਾਕ ਹੋ ਹਾਂਜੀ ਵਧੀਆ ਜੀ ਜਿੰਦਾਬਾਦ ਜਿੰਦਾਬਾਦ ਜੀ ਮੈਂ ਇਹਨਾਂ ਬਹੁਤ ਜ਼ਿਆਦਾ ਸਤਿਕਾਰ ਕਰਦਾ ਮੇਰੇ ਮਨ ਦੇ ਵਿੱਚ ਹੈ ਤਾਂ ਸਭ ਦੇ ਲਈ ਸਤਿਕਾਰ ਪਰ ਬਾਈ ਕਰਮਜੀਤ ਅਨਮੋਲ ਜਿੰਨਾ ਤੁਹਾਨੂੰ ਪਿਆਰ ਕਰਦੇ ਤੁਹਾਡੀ ਪਿੱਠ ਦੇ ਪਿੱਛੇ ਬਿਲਕੁਲ ਵਾਰ ਵਾਰ ਉਹਨਾਂ ਨੇ ਗੱਲ ਕਹੀ ਕਿ ਯਾਰ ਕੰਡਿਆਰਾ ਸਾਹਿਬ ਕੰਡਿਆਰਾ ਸਾਹਿਬ ਕੰਡਿਆਰਾ ਸਾਹਿਬ ਦੀ ਇੰਟਰਵਿਊ ਕਿਉਂ ਨਹੀਂ ਕਰਦੇ ਤੇ ਇਹ ਸਾਡੇ ਵਰਗੇ ਸੀ ਜਿਹਦੇ ਕਰਕੇ ਅਸੀਂ ਲੇਟ ਲਤੀਫੀ ਦੇ ਸ਼ਿਕਾਰ ਹੋਏ ਹਾਂ ਤੇ ਮੈਨੂੰ ਚੰਗਾ ਲੱਗਾ ਵੀ ਅੱਜ ਤੁਹਾਨੂੰ ਨਾਲ ਜਾਂ ਇਹ ਤੁਹਾਡੇ ਨਾਲ ਲਗਾਤਾਰ ਜੁੜੇ ਹੋਏ ਆ ਇਹ ਉਂਗਲ ਫੜ ਕੇ ਤੋਰਦੇ ਆ ਬਿਲਕੁਲ ਬਿਲਕੁਲ ਪਿੰਡੋਂ ਖਿੱਚ ਖਿੱਚ ਲਿਆਉਂਦੇ ਤੁਹਾਨੂੰ ਬਿਲਕੁਲ ਹਾਂਜੀ ਤੁਹਾਨੂੰ ਪਿੰਡ ਦੇ ਨਾਲ ਤਾਂ ਮੋਹ ਹੈਗਾ ਹੀ ਆ ਬਿਲਕੁਲ ਪਰ ਤੁਹਾਨੂੰ ਕਹਿੰਦੇ ਵੀ ਖਿੱਚ ਕੇ ਲਿਆਉਣਾ ਪੈਂਦਾ ਬਿਲਕੁਲ ਹਾਂਜੀ ਕਹਿੰਦੇ ਪੱਥਰਾਂ ਦੇ ਸ਼ਹਿਰ ਦੇ ਵਿੱਚ ਜੀ ਨਹੀਂ ਲੱਗਦਾ ਕੰਡਿਆਰੇ ਸੱਚੀ ਗੱਲ ਹੈ ਬਿਲਕੁਲ ਮੈਂ ਕਰਮਜੀਤ ਬਾਈ ਵਾਸਤੇ ਕਹਿੰਦਾ ਫੁੱਲਾਂ ਵਾਂਗੂ ਸੋਲ ਜਿਹਾ ਬੁੱਲੇ ਸ਼ਾਹ ਦੇ ਬੋਲ ਜਿਹਾ ਮੈਂ ਅੱਜ ਤੱਕ ਬੰਦਾ ਵੇਖਿਆ ਨਹੀਂ ਕੋਈ ਕਰਮਜੀਤ ਅਨਮੋਲ ਮੇਰੇ ਜਿੰਨੇ ਰੋਮਾਂਟਿਕ ਗਾਣੇ ਆ ਤੇ ਮੈਂ ਸਹਿਜ ਸੁਭਾਈ ਲਿਖੇ ਹੋਏ ਉਹ ਪਿਆਰ ਸਾਰਾ ਕਰਮਜੀਤ ਮੈਨੂੰ ਬਾਈ ਕਰਦੇ ਇਹਦੇ ਪੂਰੀ ਫੈਮਿਲੀ ਇਸ ਮੁਹੱਬਤ ਦੇ ਬਾਰੇ ਇਸ ਦੋਸਤੀ ਦੇ ਬਾਰੇ ਇਸ ਸਾਂਝ ਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਇਹ ਬਹੁਤ ਪਿਆਰਾ ਇਨਸਾਨ ਹੈ ਔਰ ਮਤਲਬ ਇਹੋ ਜਿਹਾ ਬੰਦਾ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਹਨੂੰ ਕੋਈ ਲਾਲਚ ਨਹੀਂ ਕੋਈ ਲੋਭ ਨਹੀਂ ਹੈ ਨਾ ਤੇ ਜੇਬ ਦੇ ਵਿੱਚ ਚਾਹੇ ਧੇਲਾ ਨਹੀਂ ਪਰ ਬਾਦਸ਼ਾਹ ਬੰਦਾ ਕਿਆ ਬਾਤ ਤੇ ਔਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਕਿਤੇ ਵੀ ਸੋਨੇ 'ਚ ਖੜਾ ਸਕਦੇ ਹੋ ਉਸ ਬੰਦੇ ਨੂੰ ਹਨਾ ਓਦਾਂ ਦਾ ਬੰਦਾ ਮੈਨੂੰ ਇਹ ਹੁੰਦਾ ਕਿ ਇਹੋ ਜਿਹੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਵੀ ਇਹ ਮੈਂ ਇਹਨੇ ਇੱਕ ਵੀ ਗੀਤ ਆਪਦੀ ਐਕਟ ਨਾਲ ਨਹੀਂ ਰਿਕਾਰਡ ਕਰਾਇਆ ਕਦੇ
ਇਹਨੂੰ ਮੈਂ ਧੱਕੇ ਨਾਲ ਵੀ ਤੂੰ ਲਿਖ ਗੀਤ ਹੋਰ ਲਿਖ ਤੂੰ ਲਿਖ ਸਕਦਾ ਬਹੁਤ ਸੋਹਣਾ ਲਿਖਦਾ ਬਹੁਤ ਵਧੀਆ ਸੋਚ ਦਾ ਮਾਲਕ ਹੈ ਨਾ ਬਹੁਤ ਹੀ ਵਧੀਆ ਪਿਆਰਾ ਇਨਸਾਨ ਹੈ ਮੈਨੂੰ ਇਹ ਹੁੰਦਾ ਵੀ ਇਹ ਬੰਦੇ ਦਾ ਪੂਰਾ ਦੁਨੀਆਂ ਚ ਨਾਂ ਹੋਵੇ ਔਰ ਨਾਵਾਂ ਵੀ ਇਹਦੇ ਕੋਲੇ ਬਹੁਤ ਹੋ ਕਿਆ ਬਾਤ ਇਹਨਾਂ ਦੇ ਆਸ਼ੀਰਵਾਦ ਅਸੀਂ ਲੱਗੇ ਪਏ ਹਾਂ ਤੇ ਇਹਨਾਂ ਦੇ ਸੁਪਨੇ ਜ਼ਰੂਰ ਪੂਰੇ ਹੋਣਗੇ ਬਾਬਾ ਇਹਨਾਂ ਦੇ ਸੁਪਨੇ ਨੂੰ ਭਾਲ ਲਾਗੇ ਕਮਾਲ ਦਾ ਗੀਤ ਬਿਲਕੁਲ ਸਹੀ ਗੱਲ ਤੇ ਆਪਾਂ ਸ਼ੁਰੂਆਤ ਹੀ ਮੈਂ ਕਹਿੰਦੀ ਉਸ ਗੀਤ ਤੋਂ ਹੀ ਕਰ ਲਈ ਵਿਹੜੇ ਵਾਲਾ ਦਾ ਮੁੰਡਾ ਤੇ ਕਮਾਲ ਦੀ ਗੱਲ ਇਹ ਆ ਸਾਡੇ ਦਰਸ਼ਕਾਂ ਨੂੰ ਭੈਣਾ ਵੀਰਾਂ ਨੂੰ ਦੱਸਦਾ ਵੀ ਇਹਨਾਂ ਦੀ ਆਵਾਜ਼ ਵੀ ਕਿਆ ਬਾਤ ਆ ਬਹੁਤ ਹੀ ਸੋਹਣਾ ਗਾਉਂਦੇ ਆ ਬਹੁਤ ਹੀ ਹਾਂ ਮੇਰੀ ਤੇ ਕਰਮਜੀਤ ਜੋੜੀ ਤਾਂ ਵੀ ਹਮੇਸ਼ਾ ਬਣੀ ਰਹਿੰਦੇ ਰੱਬ ਕਰੇ ਮੈਂ ਜਿਵੇਂ ਗੁਣਗੁਣਾ ਕੇ ਲਿਖ ਲੈਂਦਾ ਜੀ ਕਰਮਜੀਤ ਭਾਜੀ ਉਵੇਂ ਗਾ ਦਿੰਦੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਮੇਰੇ ਗਾਣੇ ਨੂੰ ਕੋਈ ਤੋੜ ਮਰੋੜ ਕੇ ਥੋੜਾ ਬਹੁਤਾ ਇੱਧਰ ਕਰਦਾ ਮੈਨੂੰ ਮੇਰੀ ਸੰਤੁਸ਼ਟੀ ਨਹੀਂ ਹੁੰਦੀ ਮੈਨੂੰ ਸਵਾਦ ਹੀ ਆ ਜਾਂਦਾ ਕਰਮਜੀਤ ਭਾਜੀ ਦੇ ਬਾਰੇ ਹਾਂਜੀ ਤੇ ਇਹ ਜਿਹੜਾ ਜਿਵੇਂ ਜਦੋਂ ਮੋਰਚਾ ਲੱਗਿਆ ਜੀ ਕਿਸਾਨੀ ਮੋਰਚਾ ਲੱਗਿਆ ਉਦੋਂ ਸਾਰੇ ਮੋਰਚੇ ਦੌਰਾਨ ਮੈਂ ਸਾਲ ਲਗਭਗ ਕਿਸਾਨੀ ਮੋਰਚੇ ਦੇ ਗਾਣੇ ਲਿਖਦਾ ਰਿਹਾ ਜੀ ਇਹ ਜਿਹੜੀ ਮੈਂ ਕਮਿਊਨਿਟੀ ਚ ਪੈਦਾ ਹੋਇਆ ਉਹਨਾਂ ਦਾ ਦੁੱਖ ਦਰਦ ਸੁਭਾਵਿਕ ਸੀ ਮੇਰੇ ਅੰਦਰ ਫੁੱਟਣਾ ਹਨਾ ਤੇ ਸੋ ਮੈਂ ਸਾਰੇ ਮਜ਼ਦੂਰ ਵਰਗ ਦੀ ਸਾਰੀ ਦੁਨੀਆਂ ਦੇ ਗਰੀਬ ਲੋਕਾਂ ਦੀ ਉਹਦੇ ਵਿੱਚ ਗੱਲ ਕੀਤੀ ਔਰ ਬਹੁਤ ਪਿਆਰ ਦਿੱਤਾ ਲੋਕਾਂ ਨੇ ਔਰ ਟੂ ਵੀ ਅਸੀਂ ਉਹਦਾ ਅਗਲਾ ਪਾਰਟ ਵੀ ਛੇਤੀ ਕਰ ਰਹੇ ਹਾਂ ਜਿਹੜਾ ਪਹਿਲਾ ਪਾਰਟ ਸੀ ਇੱਕ ਅੰਤਰਾ ਪਹਿਲੇ ਚੋਂ ਤੇ ਇੱਕ ਦੂਜੇ ਤੇ ਗਾਣਾ ਵੇੜੇ ਵਾਲਿਆਂ ਦਾ ਮੁੰਡਾ ਵੇੜੇ ਵਾਲਿਆਂ ਦਾ ਮੁੰਡਾ ਤੇਰੇ ਵੇੜੇ ਚ ਖੜਾ ਕਿੱਥੋਂ ਜਰਲੂ ਜ਼ਮਾਨਾ ਕਿੱਥੋਂ ਜਰਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਸਾਰੇ ਪਿੰਡ ਨੇ ਦਵਾਈ ਬਾਪੂ ਕੋਲੋਂ ਛੜਕਾਈ ਜਿੱਦੇ ਚੜ ਗਈ ਦਵਾਈ ਤੇ ਦਵਾਈ ਨੀ ਦਵਾਈ ਜਿੱਦੇ ਚੜ ਗਈ ਦਵਾਈ ਤੇ ਦਵਾਈ ਨੀ ਦਵਾਈ ਪੈਸੇ ਲਾਜ ਲਈ ਫੜੇ ਸੀ ਪੈਸੇ ਲਾਜ ਲਈ ਫੜੇ ਸੀ ਗਹਿਣੇ ਰੱਖ ਕੇ ਕੜਾ ਕਿੱਥੋਂ ਜਰਲੂ ਜ਼ਮਾਨਾ ਕਿੱਥੋਂ ਜਰਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਵੱਡੀ ਤਾਈ ਨੇ ਤੀ ਛੋਟੀ ਥੋਥੋਂ ਕਰਜ਼ਾ ਲੈ ਵਿਆਹੀ ਵੀਹਾਂ ਸਾਲਾਂ ਤੋਂ ਬਚਾਈ ਵਿਧਵਾ ਜਾਂਦੀ ਪੈਸੇ ਰਾਹੀ ਵੀਹਾਂ ਸਾਲਾਂ ਤੋਂ ਬਚਾਈ ਵਿਧਵਾ ਜਾਂਦੀ ਪੈਸੇ ਰਾਹੀ ਸੁੱਟੇ ਵਿਆਹ ਦੇ ਵਿੱਚ ਕੂੜਾ ਸੁੱਟੇ ਵਿਆਹ ਦੇ ਵਿੱਚ ਕੂੜਾ ਮੂਲ ਖੜੇ ਦਾ ਘਰਾ ਕਿੱਥੋਂ ਜਰਲੂ ਜ਼ਮਾਨਾ ਕਿੱਥੋਂ ਜਰਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਪੱਠੇ ਖੋਤਣੇ ਗਈਆਂ ਤੋਂ ਕਾਰਾਂ ਦਾ ਤੀਆਂ ਵੀ ਖੋਈਆਂ ਪੱਠੇ ਖੋਤਣੇ ਗਈਆਂ ਤੋਂ ਕਾਰਾਂ ਦਾ ਤੀਆਂ ਵੀ ਖੋਈਆਂ ਕੱਢੇ ਮਾਵਾਂ ਦੀਆਂ ਗਾਲਾਂ ਕੱਢੇ ਮਾਵਾਂ ਦੀਆਂ ਗਾਲਾਂ ਤੇਰਾ ਤਾਇਆ ਨੀ ਛੜਾ ਕਿੱਥੋਂ ਜਰਲੂ ਜ਼ਮਾਨਾ ਕਿੱਥੋਂ ਜਰਲੂ ਜ਼ਮਾਨਾ ਨੀ ਜ਼ਾਲਿਮ ਬੜਾ ਵੇੜੇ ਵਾਲਿਆਂ ਦਾ ਮੁੰਡਾ ਪੰਜਾਬ ਦੇ 85% ਕਲਾਕਾਰ ਤੋਂ ਵਧੀਆ ਗਾ ਲੈਂਦੀ ਬਿਲਕੁਲ ਜੀ ਕਿੱਥੇ ਲੁਕੇ ਕਿੱਥੇ ਰਹੇ ਨੇ ਬਸ ਜਿਵੇਂ ਕਹਿੰਦੇ ਵੀ ਯਾਰ ਕੰਮ ਦੀ ਮੁਨਿਆਦ ਹੁੰਦੀ ਹੈ ਇਹਨਾਂ ਦੇ ਅਸ਼ੀਰਵਾਦ ਨਾਲ ਲੱਗੇ ਨਹੀਂ ਔਰ ਸਭ ਤੋਂ ਵੱਡੀ ਖੂਬੀ ਤੁਹਾਡੇ ਵਿੱਚ ਮਾਫ ਕਰਨਾ ਮੈਂ ਤੁਹਾਡੀ ਗੱਲ ਟੋਕਤੀ ਪਰ ਸਭ ਤੋਂ ਵੱਡੀ ਖੂਬੀ ਤੁਹਾਡੇ ਵਿੱਚ ਇਹ ਜਿਹੜਾ ਸ਼ਬਦਾਂ ਦਾ ਉਚਾਰਨ ਕਿੱਥੋਂ ਜਰ ਲਉ ਜ਼ਮਾਨਾ ਨੀ ਇਹ ਜ਼ਾਲਮ ਬੜਾ ਨਹੀਂ ਤਾਂ ਜੱਜਾ ਤੇ ਜੀ ਉਹ ਜ਼ਾਲਮ ਹੀ ਹੋਈ ਜਾਂਦਾ ਅੱਜ ਕੱਲ ਮੈਂ ਨਾ ਕੋਸ਼ਿਸ਼ ਮੇਰੀ ਇਹ ਰਹਿੰਦੀ ਹੈ ਜਿਹੜੇ ਮੇਰੇ ਲਿਖੇ ਗਾਣੇ ਹੋਣ ਪੰਜਾਬੀ ਦੇ ਜਿਹੜੇ ਮੈਂ ਪੰਜਾਬੀ ਗਾਣੇ ਲਿਖਾਂ ਉਹ ਬਹੁਤ ਚੰਗੇ ਹੋਣ ਮੈਂ ਕਦੇ ਪੈਸਾ ਪਿੱਛੇ ਨੀ ਭਜਦਾ ਮੇਰੇ ਉੱਥੇ ਵੀ ਹੋ ਜਾਣਾ ਇੱਥੇ ਵੀ ਹੋ ਜਾਣਾ ਮੈਂ ਸੋਚਦਾ ਜਿਹੜਾ ਗਾਣਾ ਮੇਰਾ ਹੋਵੇ ਪੰਜਾਬੀ ਭਾਸ਼ਾ ਵਾਸਤੇ ਮਾਣ ਵਾਲੀ ਗੱਲ ਹੋਵੇ ਉਹ ਬਹੁਤ ਖੂਬਸੂਰਤ ਗਾਣਾ ਹੋਵੇ
लंघ जानी जवानी ढल जानी जवानी दीवानी मर जानी आनी नी तेरी कल परसों गीत दिता मेनू बड़ी वधिया लाइन लगी है ना फिर इन बुलाया मैं अपने को चंडीगढ़ वो एक गाना इन्हों का रिकॉर्ड किया मैं साडे ही तेरे ही चवारे वाल खुले गोरी ने सारे पिंड के चवारे की बारी तो उदू बाद फिर अडोप्ट ही कर लिया मैं रहमत गल साडी जोड़ी बनी मैनू इन्हों तो प्यारा ਇਹਨਾਂ ਤੋਂ ਵਧੀਆ ਕੋਈ ਸਿੰਗਰ ਲੱਗਦਾ ਲੱਗਦਾ ਮੈਨੂੰ ਬਹੁਤ ਫੋਨ ਆਉਂਦੇ ਲੋਕਾਂ ਦੇ ਗਾਣੇ ਲੈਣਾ ਬਾਈ ਜੀ ਨੇ ਇੱਕ ਗੱਲ ਦੱਸੀ ਤੁਹਾਡੀ ਗੈਰ ਹਾਜ਼ਰੀ ਚ ਕਹਿੰਦੇ ਵੀ 20 ਸਾਲ ਪਹਿਲਾਂ ਮੈਂ ਇੱਕ ਚੌਂਕ ਦੇ ਵਿੱਚ ਖੜਾ ਤੇ ਕਰਮਜੀਤ ਅਨਮੋਲ ਮੈਨੂੰ ਸਕੂਟਰ ਤੇ ਲੈਣ ਆਇਆ ਹੁਣ ਕਰਮਜੀਤ ਅਨਮੋਲ ਕੋਲੇ ਜਿਹੜੀ ਗੱਡੀ ਆ ਮਹਿੰਗੀ ਗੱਡੀ ਉਹਦੇ ਵਿੱਚ ਵੀ ਮੈਂ ਨਾਲ ਤੇ ਕਹਿੰਦੇ ਵੀ ਉਹਨੇ ਛੱਡਿਆ ਨੀ ਮੈਨੂੰ ਤੇ ਮੇਰੇ ਮਨ ਚ ਬਾਈ ਜੀ ਮੈਂ ਤਾਂ ਨਾ ਇਹੋ ਜਿਹੇ ਸਤਿਕਾਰ ਦੇ ਵਿੱਚ ਹੀ ਡੁੱਬ ਡੁੱਬ ਜਾਣਾ ਮੇਰੇ ਮਨ ਚ ਹੋਰ ਸਤਿਕਾਰ ਵਧ ਗਿਆ ਅਸਲ ਜਿਹੜੇ ਲੋਕ ਮਿਹਨਤ ਕਰਦੇ ਨੇ ਉਹਨਾਂ ਦਾ ਸਤਿਕਾਰ ਹੋਣਾ ਵੀ ਚਾਹੀਦਾ ਨਹੀਂ ਇਹੋ ਜਿਹੇ ਬੰਦੇ ਮੇਰੀ ਪ੍ਰਾਪਤੀ ਹੈ ਜੀ ਇਹੋ ਜਿਹੇ ਸ਼ੁੱਧ ਬੰਦੇ ਮੈਂ ਕਹੂੰਗਾ ਨਾ ਔਰ ਇੰਨੇ ਵਧੀਆ ਇਨਸਾਨ ਇਹ ਮੇਰੀ ਪ੍ਰਾਪਤੀ ਹੈ ਕਿ ਮੈਂ ਇਹੋ ਜਿਹੇ ਬੰਦੇ ਮੇਰੇ ਦੋਸਤ ਨੇ ਜੀ ਪਰ ਇਹ ਤੁਹਾਡੇ ਲਈ ਵਾਕਈ ਵੱਡੀ ਗੱਲ ਇਸ ਲਈ ਵੀ ਹੈ ਕਿਉਂਕਿ ਜਿਹੜੀ ਸਨਅਤ ਦੇ ਲਈ ਤੁਸੀਂ ਦੋਵੇਂ ਕੰਮ ਕਰਦੇ ਹੋ ਉੱਥੇ ਅਕਸਰ ਇਹ ਮਾਣ ਦੇਣ ਲੱਗਿਆ ਥੋੜੀ ਜਿਹੀ ਝਿਜਕ ਵੀ ਮਹਿਸੂਸ ਕੀਤੀ ਜਾਂਦੀ ਨਹੀਂ ਜੀ ਮੈਨੂੰ ਕਦੇ ਵੀ ਨਹੀਂ ਜਿਹੜੇ ਬੰਦੇ ਦਾ ਕ੍ਰੈਡਿਟ ਬਣਦਾ ਮੈਂ ਕਦੇ ਵੀ ਕਿਸੇ ਦਾ ਕ੍ਰੈਡਿਟ ਨਹੀਂ ਖੋਇਆ ਮੈਨੂੰ ਆਉਂਦਾ ਵੀ ਜਿਹੜੇ ਬੰਦੇ ਦਾ ਜਿੰਨਾ ਮਾਣ ਸਤਿਕਾਰ ਬਣਦਾ ਬਲਕਿ ਉਹ ਤੋਂ ਵੱਧ ਦੇਣਾ ਚਾਹੀਦਾ ਜੀ ਤੇ ਜਦੋਂ ਫਿਰ ਮੋਰਨ ਗਾਣਾ ਸੁਣਾਇਆ ਸੀ ਹਾਂਜੀ ਮੋਰਨ ਗਾਣਾ ਲੱਗਣ ਦੀ ਕਿਵੇਂ ਮੋਰਨ ਗਾਣਾ ਮੈਨੂੰ ਜਦੋਂ ਹੀ ਆਉਣਾ ਕਰਮਜੀਤ ਬਾਈ ਨੇ ਕਾਗਜ ਦੇ ਕੇ ਬਿਠਾ ਦੇਣਾ ਵੀ ਮੋਰਨ ਲਈ ਔਰ ਮੇਰੇ ਸਮਝ ਨਹੀਂ ਆਈ ਉਹਦੀ ਇਹ ਗੀਤ ਲੋਕ ਗੀਤ ਹੈ ਸੁਹਾਗ ਹੈ ਮੋਰਨ ਦੇ ਕਾਰਨ ਇਹਨੂੰ ਮੈਂ ਸੁਣਾ ਮੈਂ ਕਿਹਾ ਵੀ ਆਹ ਗੀਤ ਦੇ ਅੰਤਰੇ ਤੂੰ ਨਵੇਂ ਲਿਖਣੇ ਆ ਤੇ ਇਹ ਬੰਦੇ ਨੇ ਵੀ ਐ ਨੀ ਵੀ ਤੱਤ ਫੜਤੇ ਚ ਲਿਖਤਾ ਮੇਰੇ ਖਿਆਲ 5-6 ਸਾਲ ਹੋ ਗਏ ਹੋਣਗੇ 5-6 ਸਾਲ ਆ ਗਏ ਜਦੋਂ ਇਹਨੇ ਹਿਸਾਬ ਚਾਈ ਗੱਲ ਉਦੋਂ ਇੰਨਾ ਵਧੀਆ ਲਿਖਿਆ ਹਰ ਇੱਕ ਬੋਲ ਮਤਲਬ ਇਹ ਲੱਗਦਾ ਲੋਕ ਗੀਤ ਹੀ ਆ ਭਾਈ ਅਸੀਂ ਕਿਸੇ ਦੇ ਦਿਹਾੜੀ ਲੱਗੇ ਹੋਏ ਸੀ ਹੁਣ ਲੋਕੀ ਸੁਣਨ ਵਾਲੇ ਕਹਿਣਗੇ ਵੀ ਹਰੇਕ ਗਾਣੇ ਤੇ ਕਹੋਗੇ ਦਿਹਾੜੀ ਲੱਗੇ ਹੋਏ ਸੀ ਇਹ ਸੀਮੈਂਟ ਲਾਇਆ ਹੋਇਆ ਨਾ ਭੇਜ ਰਿਹਾ ਅਸੀਂ ਸਾਈਡ ਤੇ ਬੈਠੇ ਤੇ ਮੈਂ ਉਹ ਮੇਰੇ ਗੁਣਗੁਣਾਉਣ ਦਾ ਮੇਰੇ ਧਿਆਨ ਸੀ ਵੀ ਕਰਮਜੀਤ ਦਾ ਗਾਣਾ ਲਿਖਣਾ ਉਹ ਮੇਰੇ ਲਿਖ ਪਾਵਾਂ ਜਾਂ ਨਾ ਪਾਵਾਂ ਉਹ ਮੇਰੇ ਧਿਆਨ ਚ ਚੱਲਦਾ ਰਹਿੰਦਾ ਵੀ ਮੈਂ ਆਹ ਗਾਣਾ ਪੂਰਾ ਕਰਨਾ ਜਾਂ ਲਿਖਣਾ ਨਾ ਉਹ ਮੇਰੇ ਸਾਹਮਣੇ ਤਾਂ ਮੈਂ ਮਿਸਤਰੀ ਤੋਂ ਪੈਨ ਫੜ ਕੇ ਤੇ ਪਜਾਮੇ ਤੇ ਲਿਖ ਲਿਆ ਜੀ ਗਾਣਾ ਰੋਟੀ ਖਾਣ ਗਏ ਮੈਂ ਕਾਪੀ ਤੇ ਤਾਰ ਕੇ ਤੇ ਕਰਮਜੀਤ ਬਾਈ ਨੂੰ ਫੋਟੋ ਖਿੱਚ ਕੇ ਭੇਜੀ ਫਿਰ ਉਹ ਇੱਕ ਗੋਰਿਆਂ ਦਾ ਫਕਰ ਫਿਲਮ ਚੱਲਿਆ ਉਹ ਇੱਕ ਪੰਜਾਬੀ ਦੇ ਬਹੁਤ ਮਾਣ ਮੱਤੇ ਗਾਣੇ ਦੇ ਵਿੱਚ ਗਿਣਿਆ ਜਾਣ ਵਾਲਾ ਗਾਣਾ ਔਰ ਮੈਂ ਬਹੁਤ ਖੁਸ਼ਕਿਸਮਤ ਆ ਉਹਨੂੰ ਕਰਮਜੀਤ ਬਾਈ ਨੇ ਆਵਾਜ਼ ਦਿੱਤੀ ਤੇ ਉਹ ਗਾਣਾ ਅਮਰ ਹੀ ਹੋ ਗਿਆ ਜੀ ਐਕਚੁਅਲੀ ਮੇਰੇ ਇੱਕ ਹੋਰ ਗਾਣਾ ਜੀ ਉਹ ਕੁਰਬਾਨ ਗਾਣਾ ਸ਼ਾਇਦ ਤੁਸੀਂ ਸੁਣਿਆ ਸਲੀਮ ਦਾ ਤੇ ਅਸੀਂ ਮੈਂ ਨਾ ਕਣਕ ਵੱਢਣ ਜਾਂਦੇ ਮੈਂ ਪੈਨ ਪਾ ਕੇ ਲੈ ਜਾਂਦਾ ਜੀ ਕਾਗਜ਼ ਦਾ ਲੋੜ ਨਹੀਂ ਕਣਕ ਵੱਢਣ ਜਾਂਦੇ ਨਾ ਇੱਕ ਕੁਰਬਾਨ ਗਾਣਾ ਮੈਂ ਸੁਣਾਊਂਗਾ ਤੁਹਾਨੂੰ ਸਲੀਮ ਦਾ ਫੋਨ ਆਇਆ ਸਲੀਮ ਸਿਕੰਦਰ ਸਾਡਾ ਬਹੁਤ ਪਿਆਰਾ ਮਿੱਤਰ ਹੈ ਜੀ ਤੇ ਉਹਦਾ ਫੋਨ ਆ ਕਹਿੰਦਾ ਯਾਰ ਗਾਣਾ ਕੁਰਬਾਨ ਰਿਕਾਰਡ ਕਰਨਾ ਸੀ ਉਹ ਹੈਗਾ ਮੈਂ ਕਿਹਾ ਬਾਈ ਮੁੱਖੜਾ ਅੰਤਰਾ ਸੀ ਉਹ ਤੂੰ ਵੀ ਤੇਰੇ ਕੋਲ ਹੀ ਆ ਉਹ ਕਹਿੰਦਾ ਯਾਰ ਰਿਕਾਰਡ ਕਰਨਾ ਸੀ ਕਿਸੇ ਕੰਪਨੀ ਦੀ ਡਿਮਾਂਡ ਸੀਗੀ ਮੈਂ ਕਿਹਾ ਬਾਈ ਮੈਂ ਤਾਂ ਕਣਕ ਵੱਢੀ ਜਾਂਦਾ ਵੀ ਮੈਂ ਤਾਂ ਔਖਾ ਹੀ ਆ ਗਾਣੇ ਦਾ ਤਾਂ ਮੈਂ ਕੋਸ਼ਿਸ਼ ਕਰ ਲੈਣਾ ਨਾ ਹੁਣ ਕਣਕ ਵੱਢੀ ਗਏ ਮੈਂ ਤੇ ਮੇਰਾ ਭਰਾ ਲੱਗਿਆ ਕੁੱਕੂ ਮੇਰਾ ਛੋਟਾ ਭਰਾ ਤੇ ਗੁਣਗੁਣਾਉਂਦਾ ਗਿਆ ਮੈਂ ਗੁਣਗੁਣਾਉਂਦਾ ਜਦੋਂ 11 ਨੇ ਚਾਹ ਆਈ ਮੈਨੂੰ ਲੱਗੇ ਵਾਹਵਾ ਜੁੜ ਗਿਆ ਉਹ ਮੈਂ ਪੰਜਾਬੀ ਤੇ ਲੈ ਲਾ ਪੰਜਾਬੀ ਤੇ ਮੈਂ ਸਲੀਮ ਨੂੰ ਫੋਨ ਕੀਤਾ ਮੈਂ ਬਾਈ ਗਾਣਾ ਲਿਖ ਲਾ ਉਹ ਸ਼ਾਮ ਤੋਂ ਤੈਨਾਂ ਕੱਲ ਮੈਂ ਫਿਰ ਇਹੀ ਪਾ ਕੇ ਆਉਣਾ ਤੇ ਐਸਾ ਗਾਣਾ ਬਣਿਆ ਨਾ ਇਹ ਉਸ ਵਾਰ ਦਾ ਗਾਣਾ ਮੈਨੂੰ ਅਜੇ ਤੱਕ ਦੁਬਾਰਾ ਇਹਨੇ ਪਜਾਮੇ ਦਾ ਰਜਿਸਟਰ ਬਣਾ ਲਿਆ ਮੈਨੂੰ ਕੋਈ ਟਿਕਟ ਤੇ ਆ ਜਾਏ ਕਿਤੋਂ ਕੋਈ ਕੁਛ ਲਫਾਵਾ ਦਾ ਇਹੋ ਰੂੜੀ ਦਾ ਜਿਹੜਾ ਕੁਛ ਆ ਗਿਆ ਮੈਂ ਲਿਖ ਹੀ ਦੇਣਾ ਜੀ ਵਾਹ ਕੁਰਬਾਨ ਸੁਣਾ ਕੁਰਬਾਨ ਕਮਾਲ ਦਾ ਗੀਤ ਹੈ ਜੀ ਆਨ ਬਸੋ ਮੋਰੇ ਨੈਣ ਮੇਂ तुझे पलक चाप ढक लूं ना मैं देखूं किसी और को ना तो हे देखन दूं ना तो हे देखन दूं जदों तू नाल में साडा बेदिल कुर्बान हो जांदा जदों तू नाल में साडा बेदिल कुर्बान हो जांदा वे अपने आप ते सजना वे अपने आप ते सजना असानू माण हो जांदा ਜਦੋਂ ਤੂੰ ਨਾਲ ਮੇ ਸਾਡਾ ਬੇਦਿਲ ਕੁਰਬਾਨ ਹੋ ਜਾਂਦਾ
मुहब्बत ने नवी दुनिया असा लई साथ दिती मेरे सुपनां नूं ए सजना तू ही परवाज दिती तेरा नां लैके जद उड़दी तेरा नां लैके जद उड़दी छोटा आसमान हो जांदा जदों तू नां लवे साडा बेदिल कुर्बान हो जांदा जदों तू नां लवे साडा बेदिल ਕੁਰਬਾਨ ਹੋ ਜਾਂਦਾ ਨਹੀਂ ਮੈਂ ਬਚਪਨ ਤੋਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਜਗਜੀਤ ਸਿੰਘ ਨੂੰ ਮੈਂ ਬਹੁਤ ਸੁਣਿਆ ਇਸ ਤੋਂ ਬਿਨਾਂ ਮੈਂ ਬਹੁਤ ਘੱਟ ਕਲਾਕਾਰਾਂ ਸੁਣਿਆ ਮੈਨੂੰ ਕੁਛ ਵੀ ਪਤਾ ਨੀ ਮਿਊਜ਼ਿਕ ਦਾ ਕਰਨ ਦੀ ਭਾਈ ਜਾਣਦੇ ਆ ਮੈਨੂੰ ਤਾਲ ਦੇ ਤਾਂ 200% ਨੇੜੇ ਨੀ ਹੈਗੇ ਸਰੀਲਾ ਬਹੁਤ ਪਰ ਤਾਲ ਚ ਨੀ ਹੈਗਾ ਨਹੀਂ ਤੇ ਹੁਣ ਕਦੇ ਕਿੰਨੀਆਂ ਕਿਸ਼ਤ ਆ ਜਾਂਦੀਆਂ ਨੇ ਆਪਦੇ ਗਾਣੇ ਆਈਆਂ ਵੀ ਮੈਂ ਕਦੇ ਰੀਲਾਂ ਨੀ ਖਰੀਦੀਆਂ ਜੀ ਤੇ ਮੈਂ ਖਾਨ ਸਾਹਿਬ ਦੀਆਂ ਕਿਤੇ ਛੱਡੀਆਂ ਨੀ ਸੀ ਜਦੋਂ ਰੀਲਾਂ ਮੰਦਿਰ ਤੋਂ ਕੋਟਕਪੂਰਾ ਬਠਿੰਡਾ ਜਿੱਥੋਂ ਵੀ ਮਿਲ ਜਾਏ ਕਿਤੇ ਮੈਨੂੰ ਦੱਸ ਪਾਜ ਮੈਂ ਖਰੀਦ ਪੰਜਾਬ ਦਾ ਕਿੰਨਾ ਵੱਡਾ ਦੁਖਾਂ ਦਾ ਬਿਲਕੁਲ ਪੰਜਾਬ ਦੇ ਵਿੱਚ ਜਿਵੇਂ ਕਈ ਪਿੰਡਾਂ ਦੇ ਵਿੱਚ ਗਿਆ ਤੇ ਕਿਤੇ 30% ਕਿਤੇ 20% ਕਿਤੇ 40% ਜ਼ਮੀਨ ਹਰ ਪਿੰਡ ਦੀ ਵਕਾਊ ਆ ਉਹਦੇ ਵੱਖੋ ਵੱਖਰੇ ਕਾਰਨਾਂ ਧੀ ਪੁੱਤ ਨੇ ਆਈਲੈਂਡਸ ਕਰ ਲਈ ਕਿਤੇ ਕੈਂਸਰ ਆ ਗਿਆ ਕਿਤੇ ਕੱਚਾ ਕੋਠਾ ਢਹਿ ਗਿਆ ਕਿਤੇ ਹੋਰ ਵੱਡੀ ਕੋਠੀ ਪਾਉਣੀ ਆ ਕਿਤੇ ਟਰੈਕਟਰ ਨਵਾਂ ਲੈਣਾ ਕੋਈ ਹੋਰ ਸਮੱਸਿਆ ਆ ਗਈ ਜਲਾਲਾਬਾਦ ਏਰੀਆ ਚ ਬਹੁਤ ਪਿੰਡ ਵਕਾਊ ਜਿਹਨਾਂ ਚ ਬੋਰਡ ਲਾਇਆ ਹੋਇਆ ਜਿੱਥੇ ਐਸਾ ਹੜ ਆ ਜਾਂਦੇ ਆ ਫਸਲਾਂ ਮਾਰੀਆਂ ਜਾਂਦੀਆਂ ਤੇ ਵੀ ਇਹ ਪਿੰਡ ਵਕਾਊ ਕੋਈ ਕਾਰਖਾਨੇ ਲਾਉਣ ਵਾਸਤੇ ਸਾਰਾ ਏਰੀਆ ਖਰੀਦ ਲੈਂਦੇ ਅਸੀਂ ਕਿਤੇ ਹੋਰ ਜਾ ਕੇ ਬੈਠਦੇ ਤੇ ਉਹ ਉਸੇ ਦਰਦ ਚੋਂ ਜਿਵੇਂ ਸਾਰੀ ਦੁਨੀਆ ਦਾ ਦਰਦ ਮੈਨੂੰ ਆਪਦਾ ਲੱਗਦਾ ਹੁੰਦਾ ਇਹ ਉਸੇ ਦਰਦ ਚੋਂ ਨਿਕਲਿਆ ਹੋਇਆ ਗਾਣਾ ਸੀ ਜਦੋਂ ਇਹ ਖਬਰਾਂ ਚ ਜਦੋਂ ਤੁਹਾਡੇ ਕੋਲੇ ਗਾਣਾ ਆਇਆ ਪਹਿਲੀ ਸੱਟੇ ਠਾ ਕਰਕੇ ਮਨਜ਼ੂਰ ਹੋ ਗਿਆ ਬਿਲਕੁਲ ਜੀ ਹਾਂ ਕਿਉਂਕਿ ਦੁਖਾਂਤ ਸੀ ਪੰਜਾਬ ਦਾ ਤੇ ਅੱਜ ਵੀ ਉਨਾ ਖੁਸ਼ਹਾਲ ਨਹੀਂ ਹੈ ਪੰਜਾਬ ਕਿਉਂਕਿ ਹੌਲੀ ਹੌਲੀ ਠੀਕ ਹੋਊਗਾ ਰੱਬ ਕਰੇ ਜਲਦੀ ਸਾਡਾ ਪੰਜਾਬ ਖੁਸ਼ਹਾਲ ਹੋਵੇ ਜਿਵੇਂ ਨਸ਼ੇ ਚੱਲ ਰਹੇ ਨੇ ਜਾਂ ਕੁਛ ਵੀ ਹੈ ਤੇ ਇਹ ਇਸ ਦਲਦਲ ਚੋਂ ਨਿਕਲੇ ਪੰਜਾਬ ਜਿਹਨੂੰ 35 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਸੋ ਗਾਣਾ ਹੈ ਸਭ ਲੋਕੀ ਨੇ ਮਜਬੂਰ ਜੇ ਸਭ ਹੰਬੇ ਹੋਏ ਬੇਰਹਿਮੀ ਨਾਲ ਹਾਲਾਤਾਂ ਨੇ ਸਭ ਲੋਕੀ ਚੰਬੇ ਹੋਏ ਬੇਰਹਿਮੀ ਨਾਲ ਹਾਲਾਤਾਂ ਨੇ ਸਭ ਲੋਕੀ ਚੰਬੇ ਹੋਏ ਗੜ ਗੜ ਕਰਜ਼ੇ ਵਿੱਚ ਡੁੱਬ ਚੁੱਕਿਆ ਗੜ ਗੜ ਕਰਜ਼ੇ ਵਿੱਚ ਡੁੱਬ ਚੁੱਕਿਆ ਭਾਵੇਂ ਬਾਈ ਹੈ ਭਾਵੇਂ ਬਾਊਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਊਆ ਕੋਈ ਲੈ ਸਕਦਾ ਤਾਂ ਲੈ ਲੋ ਜੀ ਮੇਰਾ ਸਾਰਾ ਪਿੰਡ ਵਕਾਊਆ ਸੱਚੀ ਗੱਲ ਇਹ ਆ ਤਾੜੀਆਂ ਇਸ ਕਰਕੇ ਪੈਦਾ ਹੁੰਦੀਆਂ ਵੀ ਯਾਰ ਇਹੋ ਜਿਹੀ ਸੋਚ ਸੁਲੱਖਣੀ ਵਾਲੇ ਲੋਕ ਵੀ ਆ ਜਿਹੜੇ ਕਿ ਸਮੇਂ ਦੇ ਹਾਲਾਤ ਨੂੰ ਜਾਣਦੇ ਅਮਾਨੀਆਂ ਅਡਾਨੀਆਂ ਨੇ ਥੋੜੀ ਲਿਖਿਆ ਸਲੂਟ ਮਾਰਦਾ ਜਦੋਂ ਵੀ ਕਿਤੇ ਮੈਂ ਜ਼ਿਕਰ ਕਰਦਾ ਸਲੂਟ ਮਾਰ ਕੇ ਗੱਲ ਕਰਦਾ ਜਿਹਨਾਂ ਨੇ ਗਾਣਾ ਰਿਕਾਰਡ ਕਰਾਇਆ ਤੁਸੀਂ ਜਦੋਂ ਇਸ ਮੰਡੀ ਦੇ ਵਿੱਚ ਆਏ ਉਹ ਸੰਗੀਤ ਮੰਡੀ ਦੇ ਵਿੱਚ ਆਏ ਸੀ ਜੀ ਜੀ ਹੱਡੀਆਂ ਦੀ ਅੱਗ ਬਣ ਕੇ ਕਿਆ ਬਾਤ ਸੀ ਜੀ ਜੀ ਬਾਈ ਉਹ ਫਿਰ ਕਰਮਜੀਤ ਅਨਮੋਲ ਗਾਇਕ ਬਣਦਾ ਬਣਦਾ ਹੋਰ ਪਾਸੇ ਨੂੰ ਤੁਰਿਆ ਫਿਰ ਉਸ ਲਈ ਦੇ ਉੱਤੇ ਆਇਆ ਇਹ ਕਿਵੇਂ ਸਬਬ ਬਣ ਗਿਆ ਇਹ ਐਕਚੁਅਲੀ ਐਕਟਿੰਗ ਵੱਲ ਮੈਨੂੰ ਬੇਰੁਜ਼ਗਾਰੀ ਲੈ ਕੇ ਆਈ ਹੈ ਕਿਉਂਕਿ ਜਦੋਂ ਇਹ ਗੀਤ ਚੱਲਦੇ ਸੀਗੇ ਉਸ ਤੋਂ ਬਾਅਦ ਸਾਰੇ ਕਲਾਕਾਰ ਇਹੋ ਜਿਹੇ ਆ ਗਏ ਅਮੀਰ ਕਲਾਕਾਰ ਆ ਗਏ ਇਸ ਫੀਲਡ ਦੇ ਵਿੱਚ ਉਹ ਆਪਣੇ ਆਪ ਤੇ ਪੈਸਾ ਲਾ ਕੇ ਆਪਣੇ ਆਪ ਨੂੰ ਪ੍ਰਮੋਟ ਕਰਦੇ ਗਏ ਮੈਨੂੰ ਹੁੰਦਾ ਸੀ ਜੇ ਮੇਰੇ ਕੋਲ 4 ਪੈਸੇ ਆ ਜਾਣ ਮੈਂ ਆਪਣੇ ਮਾਂ ਬਾਪ ਨੂੰ ਦੇਵਾਂ ਹਨਾ ਆਪਣੇ ਹੋਰ ਕਬੀਲਦਾਰੀ ਤੋਰਾਂ ਹਨਾ ਤੇ ਉਹਦੇ ਕਰਕੇ ਮੈਂ ਪਿੱਛੇ ਰਹਿ ਗਿਆ ਤੇ ਫਿਰ ਇੱਕ ਦਿਨ ਮਾਨ ਸਾਹਿਬ ਕਹਿੰਦੇ ਵੀ ਯਾਰ ਤੂੰ ਮੇਰੇ ਨਾਲ ਤੂੰ ਆਪਾਂ ਕਾਲਜ ਟਾਈਮ ਤਾਂ ਇਕੱਠੇ ਕਰਦੇ ਰਹੇ ਹਾਂ ਸਾਰਾ ਕੁਛ ਆਪਣਾ ਕਮੇਡੀ ਵੀ ਕਰਦੇ ਨੇ ਸਾਰਾ ਕੁਛ ਵੀ ਤੂੰ ਕਿਉਂ ਨੀ ਮੇਰੇ ਨਾਲ ਉਹਦੇ ਚ ਜਾਂਦਾ ਜਿਹੜਾ ਜੁਗਨੂੰ ਕਹਿੰਦਾ ਹੈ
ਮੈਨੂੰ ਇਹ ਲੱਗਿਆ ਮੈਂ ਕਿਹਾ ਮੇਰੀ ਲਾਈਨ ਕਾਹਤੋਂ ਬਦਲ, ਕਹਿੰਦਾ ਤੇਰੀ ਲਾਈਨ ਹੈ ਕਿਹੜੀ ਅਜੇ ਲਾਈਨ ਬਣਾ ਤਾਂ ਲੈ, ਕਹਿੰਦਾ ਨਾਲੇ ਮੈਂ ਤੈਨੂੰ ਕੋਈ ਖੇਤੀ ਕਰਨ ਨੂੰ ਥੋੜਾ ਕਹਿ ਰਿਹਾ ਵੀ ਇਹ ਵੀ ਇਸੇ ਲਾਈਨ ਦਾ ਇੱਕ ਹਿੱਸਾ ਤੇ ਵੀ ਤੂੰ ਚੱਲਿਆ ਕਰ। ਮੈਂ ਉਦੋਂ ਫਿਰ ਮੇਰੇ ਕੋਲ ਪ੍ਰੋਗਰਾਮ ਘੱਟ ਗਏ ਸੀਗੇ, ਰੋਜ਼ੀ ਰੋਟੀ ਦਾ ਵੀ ਸਾਧਨ ਚਾਹੀਦਾ ਸੀ ਤਾਂ ਮੈਂ ਜੁਗਨੂੰ ਕੀਤਾ। ਜੁਗਨੂੰ ਦੇ ਵਿੱਚ ਇੰਨਾ ਕੁ ਮੈਨੂੰ ਲੋਕਾਂ ਦਾ ਵਧੀਆ ਪੋਜ਼ਿਟਿਵ ਹੁੰਗਾਰਾ ਮਿਲਿਆ ਤੇ ਮੈਨੂੰ ਚੈਨਲ ਵਾਲਿਆਂ ਨੇ ਵੀ ਕੈਰੀ ਔਨ ਕਰਤਾ, ਮਾਨ ਸਾਹਿਬ ਕਹਿੰਦੇ ਵੀ ਇਹ ਬੰਦੇ ਨੂੰ ਨਾਲ ਰੱਖਣਾ ਹੀ ਰੱਖਣਾ ਹਰ ਇੱਕ ਐਪੀਸੋਡ ਦੇ ਵਿੱਚ, ਉਹਦੀ ਟੀ ਆਰ ਪੀ ਵਧੀਆ ਆਈ। ਫਿਰ ਉਹਨਾਂ ਨੇ ਮੈਨੂੰ ਇੱਕ ਉਹ ਵੀ ਆਫਰ ਦਿੱਤੀ ਇੱਕ ਅਲੱਗ ਤੋਂ ਇਕੱਲੇ ਨੂੰ ਪ੍ਰੋਗਰਾਮ ਦੇਣ ਦੀ, ਪਰ ਮੇਰੇ ਕੋਲ ਅਰਜੇਵੇਂ ਹੋਣ ਕਰਕੇ ਉਦੋਂ ਨਹੀਂ ਕਰ ਸਕਿਆ ਮੈਂ ਇਕੱਲਾ, ਤੇ ਇਸ ਕਰਕੇ ਬੇਰੁਜ਼ਗਾਰੀ ਕਰਕੇ ਇੱਧਰ ਆਏ ਸੀਗੇ ਤੇ ਬਾਅਦ ਚ ਫਿਲਮਾਂ ਵਾਲਿਆਂ ਦੀ ਨਜ਼ਰ ਪੈ ਗਈ ਤੇ ਮੈਨੂੰ ਐ ਲੱਗਦਾ ਵੀ ਪਰਮਾਤਮਾ ਨੇ ਸ਼ਾਇਦ ਪੰਜਾਬੀ ਫਿਲਮਾਂ ਚੱਲਣੀ ਮੇਰੇ ਕਰਕੇ ਲਾਈਆਂ ਨੇ ਵੀ ਯਾਰ ਆਹ ਬੰਦਾ ਗਰੀਬ ਜਿਹਾ ਰੋਲਿਆ ਫਿਰਦਾ ਇਹਨੂੰ ਸੈੱਟ ਕਰ ਦਈਏ ਤੇ ਉਹ ਫਿਲਮਾਂ ਚ ਫਿਰ ਬੱਲੇ ਬੱਲੇ ਹੋ ਗਈ। ਪਰਮਾਤਮਾ ਨੇ ਬਹੁਤ ਹੱਥ ਪਰ ਨਾ ਸਭ ਤੋਂ ਵਧੀਆ ਗੱਲ ਇਹ ਆ ਵੀ ਤੁਹਾਡੇ ਵਿੱਚੋਂ ਉਹ ਹਰੇ ਗਈ ਨਹੀਂ ਗੱਲ ਤੇ ਉਹ ਜਾਣੀ ਵੀ ਨਹੀਂ ਚਾਹੀਦੀ, ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਇਨਸਾਨ ਇੱਕ ਕੰਮ ਜਿਹੜਾ ਹੈ ਉਹੀ ਚੱਜ ਨਾਲ ਕਰ ਸਕਦਾ, ਇੱਕ ਤੋਂ ਵੱਧ ਨਹੀਂ, ਦੋ ਬੇੜੀਆਂ ਦਾ ਸਵਾਦ ਨਹੀਂ ਹੋ ਸਕਦਾ, ਪਰ ਤੁਸੀਂ ਦੋਵਾਂ ਬੇੜੀਆਂ 'ਚ ਬਾਖੂਬੀ ਸਵਾਦ। ਥੈਂਕ ਯੂ ਜੀ, ਥੈਂਕ ਯੂ ਜੀ, ਕਿਉਂਕਿ ਚਾਹੇ ਉਹ ਮੰਜੇ ਬਿਸਤਰੇ ਵਾਲੇ ਕਿਰਦਾਰ ਦੀ ਗੱਲ ਕਰ ਲਈਏ ਜਾਂ ਚਾਹੇ ਉਹ ਕਿਸੇ ਵੀ ਕਿਰਦਾਰ ਦੀ ਗੱਲ ਕਰ ਲਈਏ, ਤੁਸੀਂ ਉਹਨੂੰ ਬਾਖੂਬੀ ਨਿਭਾਇਆ। ਇਹ ਆਡੀਅੰਸ ਦਾ ਪਿਆਰ ਹੈ ਜਿਹੜੇ ਮੈਨੂੰ ਚਾਹਣ ਵਾਲੇ ਨੇ ਸਾਰੇ, ਜਾਂ ਦੋਸਤਾਂ ਮਿੱਤਰਾਂ ਦਾ, ਮੇਰੇ ਨਾਲ ਦੁਆਵਾਂ ਬਹੁਤ ਜੁੜੀਆਂ ਹੋਈਆਂ, ਦੁਆਵਾਂ ਹਰੇਕ ਬੰਦੇ ਤੋਂ ਮੈਂ ਖੱਟੀਆਂ ਹੋਈਆਂ ਨੇ ਔਰ ਮਾਂ ਬਾਪ ਦੀਆਂ ਦੁਆਵਾਂ ਬਹੁਤ ਖੱਟੀਆਂ ਨੇ, ਹਨਾ। ਜਿਹੜਾ ਵੀ ਮਤਲਬ ਵੀ ਜਿਹੜਾ ਵੀ ਬੰਦਾ ਮੇਰੇ ਨਾਲ ਅੱਜ ਤੱਕ, ਜੋ ਮੇਰੇ ਨਾਲ ਪਹਿਲੀ ਜਮਾਤ ਦਾ ਦੋਸਤ ਵੀ ਅੱਜ ਵੀ ਉਹਨਾਂ ਹੀ ਜੁੜਿਆ ਹੈ ਜਿੰਨਾ ਉਦੋਂ ਜੁੜਿਆ ਹੈ। ਕਿੰਨਾ ਪੜ੍ਹੇ ਹੋ? ਮੈਂ ਬਸ ਅਸੀਂ ਚਾਰ ਭੈਣ ਭਰਾ ਪੜ੍ਹਦੇ ਸੀ, ਮੇਰੇ ਬਾਪੂ ਜੀ ਮਜ਼ਦੂਰੀ ਕਰਕੇ ਸਾਨੂੰ ਪੜ੍ਹਾ ਰਹੇ ਸੀ, ਫਿਰ ਮੈਂ ਡਾਊਨ ਨਾ ਤੇ ਮੈਨੂੰ ਲੱਗਿਆ ਜਦ ਛੋਟੇ ਪੜ੍ਹ ਜਾਣੇ, ਮੈਂ ਦਸਵੀਂ ਪਾਸ ਕਰਕੇ ਹਟ ਗਏ। ਤਿੰਨ ਚਾਰ ਭੈਣ ਭਰਾ ਰਲ ਕੇ ਬੀਏ ਕਰ ਲਈ, ਮੇਰੇ ਗਾਣੇ ਵੈਲ ਐਜੂਕੇਟਡ ਲੋਕਾਂ ਤੱਕ ਜਾਣੇ ਚਾਹੀਦੇ, ਮੈਂ ਸਖ਼ਤ ਮਿਹਨਤ ਕੀਤੀ ਜੋ ਪਿੱਛੇ, ਔਰ ਮੈਂ ਇਸ ਮਿਸ਼ਨ ਚ ਕਾਮਯਾਬ ਹੋਇਆ। ਮੇਰੇ ਪਿੰਡ ਦਾ ਨਾਂ ਸਾਰੀ ਦੁਨੀਆਂ ਜਾਣੇ, ਨਾਨਕਸਰ ਮੇਰਾ ਪਿੰਡ ਆ ਜੀ, ਫਰੀਦਕੋਟ ਜ਼ਿਲ੍ਹੇ ਦੇ। ਤੇ ਬਹੁਤ ਚੰਗੇ ਚੰਗੇ ਮੈਂ ਗਾਣੇ ਲਿਖਣ ਦੀ ਕੋਸ਼ਿਸ਼ ਕਰ, ਬਹੁਤ ਮੈਂ ਧੰਨਵਾਦ ਕਰਦਾ ਦੇ, ਉਹ ਸਾਰੇ ਚੰਗੇ ਗਾਣੇ ਬਾਈ ਕਰਮਜੀਤ ਨੇ ਗਾਏ ਹੋਏ ਆ। ਤੇ ਔਰ ਮੈਂ ਜਿੰਨਾ ਵੀ ਚੰਗਾ ਗਾਣਾ ਹੋਵੇ ਮੈਂ ਉਹ ਲੁਕੋ ਕੇ ਰੱਖ ਲੈਂਦਾ ਬਾਈ ਕਰਮਜੀਤ ਦਾ, ਆਉਣ ਵਾਲੇ ਬਹੁਤ ਪਿਆਰ ਬਹੁਤ ਸਾਰੇ ਜਿਹੜੇ ਗੀਤਕਾਰ ਸਾਡੇ ਕੋਲ ਹੁੰਦੇ ਆ, ਉਹਨਾਂ ਦਾ ਉਲਾਂਭਾ ਹੁੰਦਾ ਹੈ ਗਾਇਕ ਦੇ ਸਿਰ ਤੇ, ਬਈ ਉਹਨੇ ਆਹ ਖੱਟ ਲਿਆ, ਮੈਨੂੰ ਕੁਛ ਨੀ ਮਿਲਿਆ, ਮੇਰਾ ਤੁਹਾਨੂੰ ਵੀ ਸਵਾਲ ਆ, ਤੁਹਾਨੂੰ ਵੀ ਜੇ ਇਉਂ ਦੋਵੇਂ ਜਾਣੇ ਘਿਓ ਖਿਚੜੀ ਹੋ ਕੇ ਰਹਿੰਦੇ ਹੋਣ, ਉਹ ਉਹਦੇ ਬਾਰੇ ਸੋਚੇ, ਉਹ ਉਹਦੇ ਬਾਰੇ ਸੋਚੇ, ਤੁਸੀਂ ਲਿਖਦੇ ਹੋ ਵੀ ਯਾਰ ਆਹ ਗਾਣਾ ਕਰਮਜੀਤ ਬਾਈ ਨੇ ਦੇਣਾ, ਉਹ ਸੋਚਦੇ ਵੀ ਯਾਰ ਮੇਰਾ ਜੀ ਇਹੀ ਹੁੰਦਾ ਹਰੇਕ ਫਿਲਮ ਦੇ ਵਿੱਚ, ਉਹਨੂੰ ਪੁੱਛ ਲਓ ਵੀ ਕੰਡਿਆਰੇ ਦਾ ਗੀਤ ਜ਼ਰੂਰ ਹੋਵੇ, ਮੈਂ ਧੱਕੇ ਨਾਲ ਵੀ ਤੂੰ ਗੀਤ ਲਿਖ ਛੇਤੀ, ਤੂੰ ਜਲਦੀ ਕਿਉਂ ਨੀ ਭੇਜਦਾ, ਫਲਾਣਾ ਨਹੀਂ ਭੇਜਦਾ, ਇਹ ਹੁੰਦਾ ਵੀ ਤੂੰ ਗੀਤ ਲਿਖੇ ਇਹਦੇ ਗੀਤ ਹੋਣ। ਤੇ ਸਭ ਤੋਂ ਵਧੀਆ ਗੱਲ ਹੁੰਦਾ ਭਾਈ ਜਿਹੜਾ ਮੈਨੂੰ ਇਹ ਇਕੱਲਾ ਕੰਡਿਆਰਾ ਨੀ, ਜਿਹੜਾ ਵੀ ਮੇਰੇ ਨਾਲ ਇਨਸਾਨ ਜੁੜਿਆ ਵੀ ਉਹ ਅੱਗੇ ਵਧੇ, ਚਾਹੇ ਜਿਵੇਂ ਮਰਜ਼ੀ, ਮੈਂ ਕਦੇ ਕਿਸੇ ਨੂੰ ਰੋਕ ਕੇ ਨੀ ਰੱਖਿਆ, ਨਹੀਂ ਤਾਂ ਇਹ ਹੁੰਦਾ ਵੀ ਕਲਾਕਾਰ ਵੀ ਤੂੰ ਮੈਨੂੰ ਕੀ ਦੇਣਾ, ਇਹਨੂੰ ਪੁੱਛ ਲਓ, ਇਕੱਲੇ ਇਕੱਲੇ ਕਲਾਕਾਰ ਦਾ ਇਹਦੇ ਕੋਲ ਪਰਸਨਲ ਨੰਬਰ ਦਿੱਤਾ ਹੋਇਆ ਵੀ ਤੂੰ ਐਮੀ ਨੂੰ ਫੋਨ ਕਰ, ਤੂੰ ਬਾਬੇ ਨੂੰ ਫੋਨ ਕਰ, ਜੱਸੀ ਨੂੰ ਕਰ, ਉਹਨੂੰ ਕਰ, ਆਪਣੇ ਨਿੰਜੇ ਨੂੰ ਕਰ, ਸਾਰਿਆਂ ਵੀ ਤੂੰ ਮੈਨੂੰ ਨਾ, ਤੂੰ ਉਹਨਾਂ ਨੂੰ ਗਾਣੇ ਦੇ। ਇੱਕ ਕੁਲਦੀਪ ਕੰਡਿਆਰਾ ਜੀ ਨੇ ਕਦੇ ਵੀ ਕਿਸੇ ਨੂੰ ਨਹੀਂ ਕੀਤਾ ਕਰਮਜੀਤ ਤੋਂ ਬਿਨਾਂ, ਮੈਨੂੰ ਵੀ ਪੁੱਛਦਾ ਵੀ ਤੂੰ ਕੀ ਕਮਾਇਆ, ਉਹਨੂੰ ਪੁੱਛਦੇ ਦੋਸਤ ਮਿੱਤਰਾਂ ਨੇ ਕੀ ਕਮਾਇਆ, ਤੂੰ ਗਾਣੇ ਬਣੇ ਲਿਖਦਾ ਫਿਲਮਾਂ ਦੇ, ਮੈਂ ਕਿਹਾ ਮੇਰਾ ਕਰਮਜੀਤ ਅਨਮੋਲ ਕਮਾਇਆ ਹੋਇਆ। ਸ਼ਾਇਦ ਹੀ ਜਗ ਤੇ ਹੋਵੇ ਪਿੰਡ ਕੋਈ ਇਸ ਗ੍ਰਾਮ ਵਰਗਾ, ਸੱਚਾ ਸੁੱਚਾ ਨਾਨਕ ਸਰ ਨਾਨਕ ਦੇ ਨਾਂ ਵਰਗਾ, ਰੱਬ ਕਰਕੇ ਚਾਨਣ ਫੈਲੇ ਇਸਦਾ ਚਾਰੇ ਪਾਸੇ ਨੂੰ, ਰੱਬ ਬਚਾਵੇ ਨਜ਼ਰਾਂ ਤੋਂ ਮੇਰੇ ਪਿੰਡ ਦੇ ਹਾਸੇ ਨੂੰ। ਮੈਨੂੰ ਜਿਹੜੇ ਗਾਣੇ ਮੇਰੇ ਪਿੰਡ ਦੀ ਹਵਾਵਾਂ ਚੋਂ ਮੈਨੂੰ ਮਿਲਦੇ, ਮੈਨੂੰ ਇੱਥੋਂ ਅੱਗੇ ਮੇਰੀ ਕ੍ਰੀਏਟੀਵਿਟੀ ਮੇਰੀ ਖਤਮ ਹੀ ਹੋ ਜਾਂਦੀ ਹੈ, ਮੈਨੂੰ ਗਾਣੇ ਹੋਰ ਨਹਾੜ ਜਾਂਦੇ, ਮੈਨੂੰ ਪਿੰਡ ਚ ਮੈਂ ਪੂਰਾ ਬਾਦਸ਼ਾਹ ਫੀਲ ਕਰਦਾ। ਵੈਸੇ ਮੈਨੂੰ ਨਾ ਰਹਿਣਾ ਸਾਹਿਬ ਇਉਂ ਲੱਗਿਆ ਸੀ ਤੁਸੀਂ ਜਦੋਂ ਸਵਾਲ ਕੀਤਾ ਵੀ ਹੁਣ ਕਣਕ ਦੀ ਵਾਢੀ ਚੱਲਦੀ ਪਈ ਹੈ ਵੀ ਪਜਾਮਾ ਫੇਰ ਤਿਆਰ ਹੈ, ਬਚਦਾ ਹੀ ਹੁਣ ਤਾਂ ਸੋਫੇ ਤੇ ਬਹਿ ਕੇ ਲਿਖ ਲੈਂਦੇ, ਕਿਆ ਬਾਤ ਹੈ, ਤੁਸੀਂ ਸੋਫੇ ਤੇ ਬਹਿ ਕੇ ਲਿਖੋ। ਪਰ ਉਹਦੇ ਗਾਣੇ ਮੈਂ ਲਿਖਣੇ ਪਏ ਜਿਹੜੇ ਮੈਂ ਉਹ ਕਣਕਾਂ ਦੀਆਂ ਵਾਢੀਆਂ ਕਰਦਾ, ਨਰਮਾ ਚੋਗ ਦਾ ਝੋਨਾ ਲਾਉਂਦਾ, ਮੈਂ ਲਿਖ ਪਾਇਆ ਉਹ, ਮੈਨੂੰ ਸੋਫੇ ਤੇ ਬਹਿ ਕੇ ਗਾਣੇ ਆਉਣੇ ਨੇ ਪੁਰਾਣੇ ਗਾਣੇ ਜਿਹੜੇ ਬਾਹਲੇ ਵਧੀਆ ਨਾ ਗਾਣੇ, ਉਹ ਸਾਰੇ ਉਹ ਮਿਹਨਤ ਕਰਦਾ ਜਿਹੜੇ ਲਿਖੇ ਹੋਏ ਸੱਚੀ ਮਿੱਟੀ ਦੇ ਗਾਣੇ ਉਹ ਉਦੋਂ ਦੇ ਹੀ ਹੈ ਜੀ। ਬਹੁਤ ਜਿਹੜੇ ਇਹੋ ਜਿਹੇ ਗੀਤਕਾਰ ਇਹਨਾਂ ਨੂੰ ਬਹੁਤ ਘੱਟ ਉੱਠਣ ਦਾ ਮੌਕਾ ਮਿਲਿਆ, ਵਿਰਲੇ ਟਾਵੇ ਆਪਦਾ ਜਿਵੇਂ ਨਾ ਉਹ ਉੱਗਣ ਵਾਲੇ ਉੱਗ ਪੈਂਦੇ ਬਾਹਰ ਆ ਗਏ,
ਪਰ ਬਹੁਤ ਸਾਰੇ ਕੁਚਲ ਦਿੱਤੇ ਗਏ ਸੰਗੀਤ ਮਾਫੀਆ ਦੇ ਵੱਲੋਂ ਉਹਨਾਂ ਨੇ ਬਾਈ ਕੀ ਤੁਸੀਂ ਤਾਂ ਇੰਨਾ ਲੰਮਾ ਸਮਾਂ ਹੋ ਗਿਆ ਵਿਚਰਦੇ ਆ ਦੇਖੋ ਜੀ ਇੱਕ ਹੁੰਦਾ ਵੀ ਪਿੱਛੇ ਜੇ ਨਾ ਜਦੋਂ ਕੋਰੋਨਾ ਟਾਈਮ ਸੀਗਾ ਅਸੀਂ ਇੱਕ ਪਿਰਤ ਪਾਈ ਸੀ ਜਿਹੜੀ ਪਾਫਟਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਜਿਹੜੇ ਤੁਹਾਡੀ ਕਿਸੇ ਵੀ ਇੰਡਸਟਰੀ ਦੇ ਨਾਲ ਜੁੜੇ ਹੋਏ ਮਜ਼ਦੂਰ ਵਰਗ ਹੈ ਜਿਹੜਾ ਥੱਲੇ ਵਾਲਾ ਵਰਗ ਹੈ ਜੋ ਵੀ ਹੈ ਨਾ ਜਿਹੜੇ ਮਿਹਨਤ ਕਸ਼ ਲੋਕ ਨੇ ਵੀ ਸਿਰਫ ਆਪਣੇ ਆਪਣੇ ਸੰਭਾਲ ਲਓ ਤੁਸੀਂ ਵੀ ਬਹੁਤ ਫਾਇਦਾ ਹੋ ਜੂ ਹਰ ਇੱਕ ਦਾ ਜਿਵੇਂ ਮੈਂ ਆ ਮੈਂ ਆਪਣੇ ਮਜੀਸ਼ੀਅਨਸ ਨੂੰ ਜਾਂ ਜਿਹੜੇ ਮੇਰੇ ਇੱਦਾਂ ਦੇ ਲੋਕ ਸੀਗੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨਹੀਂ ਪਹੁੰਚ ਸੀਗੀ ਕਿਸੇ ਦੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਦੀ ਕਈਆਂ ਦੀ ਹੈਲਪ ਵੀ ਕੀਤੀ ਜਿਹਨੂੰ ਲੋੜ ਸੀ ਕਈਆਂ ਦੀ ਨਹੀਂ ਵੀ ਕੀਤੀ ਅਗਲੇ ਨੂੰ ਫੋਨ ਦੇ ਨਾਲ ਵੀ ਬਹੁਤ ਹੌਸਲਾ ਹੋ ਗਿਆ ਵੀ ਯਾਰ ਹਾਂ ਜੇ ਕੋਈ ਲੋੜ ਪਈ ਤਾਂ ਸਾਡੇ ਕੋਲ ਬੰਦਾ ਹੈਗਾ ਵੀ ਇੱਦਾਂ ਅਸੀਂ ਹੈਲਪ ਕੀਤੀ ਲੋਕਾਂ ਦੀ ਐਂ ਸਾਰੇ ਚਾਹੇ ਕਲਾਕਾਰ ਨੇ ਚਾਹੇ ਜੋ ਵੀ ਇਹੋ ਜਿਹੇ ਬੰਦਿਆਂ ਨੂੰ ਇਕੱਲਾ ਇਕੱਲਾ ਬੰਦਾ ਵੀ ਸਾਂਭਲੇ ਨਾ ਵੀ ਉਹਦਾ ਹੌਸਲਾ ਬਣਿਆ ਰਹਿੰਦਾ ਤੇ ਇਹ ਭਰਾ ਮੇਰੇ ਕੋਲ ਹੈਗਾ ਇਹਦੀ ਪੂਰੀ ਬਾਹ ਲਾਊਂਗਾ ਮੈਂ ਵੀ ਇਹ ਬੰਦਾ ਪੂਰੀ ਦੁਨੀਆਂ ਦੇ ਵਿੱਚ ਟੂਰ ਹੋਵੇ ਇਹਦਾ ਪੂਰੀ ਦੁਨੀਆਂ ਦੇ ਵਿੱਚ ਜਾਵੇ ਹਾਂਜੀ ਸਾਰੇ ਲੋਕਾਂ ਨੂੰ ਪਤਾ ਲੱਗੇ ਵੀ ਕੰਡਿਆਰਾ ਕੀ ਚੀਜ਼ ਹੈ ਕੀ ਲਿਖਿਆ ਉਹਨੇ ਸੋਸਾਇਟੀ ਨੂੰ ਕੀ ਦੇਣਾ ਇਸ ਬੰਦੇ ਦੀ ਹਨਾ ਤੇ ਮੈਂ ਕਹਿੰਦਾ ਵੀ ਮੈਂ 11 ਵਜੇ ਦਾ ਗੀਤ ਗਾਇਆ ਵੀ ਮੇਰੇ ਨਾਲੋਂ ਵੱਧ ਇਹਦਾ ਪਤਾ ਲੱਗੇ ਵੀ ਇਹਦਾ ਲਿਖਿਆ ਹੋਇਆ ਵੀ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਵੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਵੀ ਜਿਹੜਾ ਵੀ ਮਾਨ ਸਨਮਾਨ ਦੇਣਾ ਚਾਹੁੰਦਾ ਜਿਹੋ ਜਿਹੇ ਗੀਤ ਇਹ ਬੰਦੇ ਨੂੰ ਜ਼ਰੂਰ ਦਿਓ ਜਿੱਥੇ ਵੀ ਦੁਨੀਆਂ 'ਚ ਬੈਠੇ ਜਿਹੜੇ ਇਸ ਬੰਦੇ ਨੂੰ ਪਿਆਰ ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਸੁਣ ਲਾ ਮੈਂ ਤੇਰੇ ਮਿੱਠੜੇ ਜੇ ਬੋਲ ਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ ਨੀ ਸੁਣ ਲਾ ਮੈਂ ਤੇਰੇ ਮਿੱਠੜੇ ਜੇ ਬੋਲ ਨੀ ਬੈਠੀ ਰਹਿ ਬੀਬਾ ਲੌਂਗਾਂ ਦੀ ਵਰਖਾ ਹੋਵੇ ਰੁੱਖਾਂ ਚੋਂ ਖੁਸ਼ਬੂ ਚੋਵੇ ਕੁਦਰਤ ਦਾ ਹੁਸਨ ਕੁਆਰਾ ਸਾਰਾ ਤੇਰੇ ਤੇ ਸੋਵੇ ਨੀ ਤੂੰ ਕਲੀਆਂ ਵਰਗੀ ਸੋਹਣੀ ਤੇ ਸੋਲਨੀ ਬੈਠੀ ਰਹਿ ਬੀਬਾ ਅੱਖੀਆਂ ਦੇ ਕੋਲ ਨੀ ਸੁਣ ਲਾ ਮੈਂ ਤੇਰੇ ਮਿੱਠੜੇ ਜੇ ਬੋਲਨੀ ਬੈਠੀ ਰਹਿ ਬੀਬਾ ਹਾਂਜੀ ਇਹਨਾਂ ਦਾ ਸਿਰ ਤੇ ਹੱਥ ਆ ਤੇ ਮੇਰਾ ਹੱਥ ਸੌਖਾ ਜੀ ਔਰ ਮੈਂ ਕੰਮ ਦੀ ਤਰ੍ਹਾਂ ਮੋਲ ਕਮਾਇਆ ਹੈ ਪਹਿਲਾਂ ਦੱਸਿਆ ਕਿਤੇ ਹੁਣ ਬਾਹਰ ਜਾਣਗੇ ਇਹਨਾਂ ਦਾ ਥੋੜੇ ਦਿਨ ਔਰ ਇਹਨਾਂ ਦਾ ਮੈਸੇਜ ਲਿਖ ਕੇ ਆ ਵੀ ਬੱਚਿਆਂ ਦੀ ਕੋਈ ਫੀਸ ਭਰਨੀ ਹੋਈ ਤਾਂ ਬਾਈ ਮੈਂ ਬੈਠਾ ਤੋਂ ਇੱਕ ਮੈਨੂੰ ਨਮਸਕਾਰ ਮਾਰਨੇ ਆ ਤਰ ਮੈਂ ਕੋਈ ਜ਼ਿਆਦਾ ਟੈਨਸ਼ਨ ਨਹੀਂ ਲੈਂਦਾ ਫਿਰ ਮੈਂ ਆਪਾਂ ਨਿਸ਼ਚਿੰਤਾ ਆਪਣਾ ਰੱਬ ਵਰਗਾ ਭਰਾ ਕਮਾਇਆ ਹੋਇਆ ਜੀ ਮੈਨੂੰ ਕੰਮ ਦੀ ਤਾਂ ਮੈਂ ਕਮਾ ਲਿਆ ਬਸ ਮੈਂ ਸਾਰੀ ਦੁਨੀਆਂ ਜਿੱਤ ਲਈ ਮੈਨੂੰ ਕਿਸੇ ਨਾਲ ਕੋਈ ਗੱਲਾਂ ਸ਼ਿਕਵਾ ਨਹੀਂ ਹੈਗਾ ਕੀ ਹੋਗਾ ਤੇ ਕੀ ਨਹੀਂ ਹੋਇਆ ਫਿਰ ਮਰੀਏ ਨਾ ਗੱਲ ਮਾੜੀ ਮੋਟੀ ਵਾਸਤੇ ਇੱਕ ਜੰਗ ਲੜੀ ਸੀ ਆਜ਼ਾਦੀ ਦੇ ਲਈ ਇੱਕ ਜੰਗ ਲੜਨੀ ਆ ਰੋਟੀ ਵਾਸਤੇ ਇੱਕ ਜੰਗ ਲੜੀ ਸੀ ਆਜ਼ਾਦੀ ਦੇ ਇੱਕ ਜੰਗ ਲੜਨੀ ਆ ਰੋਟੀ ਵਾਸਤੇ ਲਮਕਣ ਲੀਆਂ ਜੋ ਗਲਾਂ ਚ ਗੰਦੀਆਂ ਦੇਸ਼ ਦੇ ਤਰੰਗੇ ਨੂੰ ਚੜਾਉਣ ਦੰਦੀਆਂ ਲਮਕਣ ਲੀਆਂ ਜੋ ਗਲਾਂ ਚ ਗੰਦੀਆਂ ਦੇਸ਼ ਦੇ ਤਰੰਗੇ ਨੂੰ ਚੜਾਉਣ ਦੰਦੀਆਂ ਅਰਥ ਆਜ਼ਾਦੀ ਦੇ ਕੀ ਉਹਨਾਂ ਦੇ ਲਈ ਤਰਸਨ ਲੋਕ ਜੋ ਲੰਗੋਟੀ ਵਾਸਤੇ ਇੱਕ ਜੰਗ ਲੜੀ ਸੀ ਆਜ਼ਾਦੀ ਦੇ ਲਈ ਇੱਕ ਜੰਗ ਲੜਨੀ ਆ ਰੋਟੀ ਵਾਸਤੇ ਇੱਕ ਜੰਗ ਲੜੀ ਸੀ ਆਜ਼ਾਦੀ ਦੇ ਲਈ ਇੱਕ ਜੰਗ ਲੜਨੀ ਆ ਰੋਟੀ ਵਾਸਤੇ
जी भी करता मैं जावा चलो सुभा बनया हर काम का टाइम हों सुभा बन गया जे किसी का कोई 35 मिलियन गाना देख रहा है माड़ा गाणा 35 मिलियन लोग देख रहे हैं मैं कोई इंप्रेस नहीं था मेरा कोई चंगा गाना जो 100 बंदे देख रहा था मैं बहुत मैं चक्कर नहीं लगता गाना 10 मिलियन देख रहा और पता नहीं तो फेक भी कुछ चीजें है 11 में बहुत है गाना और 10 साल गाने आए हो गए और 13-14 मिलियन आने वाले मजदूर बंदा हथां रखना तो पता लगता भाई सची मुची यार मोटे खुरदरे हाथ ने जेड़े दसते भी किटा नाल होए सही है तुंगी दियां पंडा चक चक होए एक कणक वड़ वड़ होए हुण एवें दी गोडी च होए आ तुंगी डिगी आ जी भाई तुसीं जिंदाबाद रहो बहुत खुशी दी गल है कि साडे भरा नूं तुसीं दुनिया दे सामने फिलहाल जज का विचार।